ਉਹਦਾ ਜਿਹੜਾ ਲੱਕੀ ਡਰਾ ਦੇ ਵਿੱਚ ਕੁੱਪਣ ਪਊਗਾ ਹਾਂ ਉਹ ਆਪਣੇ ਬਾਈਆਂ ਦੀ ਕਿਸਮਤ ਆ ਕਿਹਨੂੰ ਨਿਕਲਣਾ ਕਿਹਨੂੰ ਨਹੀਂ ਨਿਕਲਣਾ ਇਹ ਕਣਕ ਵੀ ਵੱਢਦੀ ਆ ਚੱਬੀ ਵੀ ਵੱਢਦੀ ਆ ਠੀਕ ਹੈ ਠੀਕ ਹੈ ਇਹ ਟਾਂਡੀ ਟੂੰਡੀ ਵਗੈਰਾ ਵੀ ਵੱਢ ਦਿੰਦੀ ਆ ਠੀਕ ਹੈ ਵੀਰੇ ਕਈ ਮੇਰੇ ਵੀ 12-13 ਟਰੈਕਟਰ ਖੜੇ ਆ ਇਸ ਟਾਈਮ ਤੇ ਇੱਕ ਆਪਣੇ ਕੋਲ 265 ਆਏ ਜੀ ਟਰੈਕਟਰ ਲੋ ਬਾਈ ਸ਼ਕਤੀਮਾਨ ਵਾਲਿਆਂ ਨੇ ਅੱਜ ਨਵੀਂ ਸਕੀਮ ਦੇ ਦਿੱਤੀ ਗਾਹਕਾਂ ਨੂੰ ਜੀ ਨਵਾਂ ਬੋਰਡ ਬਣਾ ਕੇ ਲਾਤਾ ਮੁੰਡਿਆਂ ਨੇ ਜੀ ਲੱਕੀ ਡਰਾ ਬੰਪਰ ਧਮਾਕਾ ਪੰਜ ਟਾਟਾ ਗੱਡੀਆਂ ਜੀ ਪੰਜ ਟਾਟਾ ਗੱਡੀਆਂ ਨੇ ਜੀ ਤੇ 150 ਮਸ਼ੀਨ ਦੇਣੀ ਹੈ ਜੀ ਠੀਕ ਹੈ ਵਾਸ਼ਿੰਗ ਮਸ਼ੀਨ 75 LED ਫਰਿੱਜਾਂ ਦੇਣੀਆਂ ਨੇ ਠੀਕ ਹੈ ਵੀਰੇ ਹੋਰ 25 ਹੋਂਡਾ ਮੋਟਰਸਾਈਕਲ 25 ਮੋਟਰਸਾਈਕਲ 100 LED 200 ਮੋਬਾਈਲ ਦੇਣਾ ਸੈਮਸੰਗ ਦਾ ਠੀਕ ਹੈ ਕਿਆ ਕਰਨਾ ਪੈਣਾ ਇਹਦੇ ਵਾਸਤੇ ਆਪਾਂ ਨੂੰ ਫਿਰ ਇਹਦੇ ਵਾਸਤੇ ਹੁਣ ਰੋਟਾਵੇਟਰ ਲੈਣਾ ਪੈਣਾ ਉਹ ਕਿਸਮਤ ਆ ਅੱਛਾ ਠੀਕ ਆ ਜ਼ਰੂਰੀ ਹੈ ਉਦਾਂ ਨਹੀਂ ਪਾ ਸਕਦੇ ਆਪਾਂ ਕੂਪਨ ਨਾ ਨਾ ਉਹ ਤਾਂ ਹਾਂ ਅੱਛਾ ਕਹਿੰਦੇ ਵੀ ਪਹਿਲਾਂ ਸ਼ਕਤੀਮਾਨ ਕਹਿੰਦੀ ਹੈ ਪਹਿਲਾਂ ਪੈਸੇ ਖਰਚੋ ਫਿਰ ਗਿਫਟ ਲਓ ਠੀਕ ਆ ਸ਼ਕਤੀਮਾਨ ਦੀ ਜਿਹੜੀ ਆਫਰ ਆ ਇਹ 28 ਤੋਂ ਮਤਲਬ 10 ਜਨਵਰੀ ਤੋਂ 10 ਤੋਂ 28 ਤਰੀਕ ਤੱਕ ਹੈ ਠੀਕ ਅੱਜ ਮਤਲਬ ਕਿ 15 ਤਰੀਕ ਹੋ ਗਈ 13 ਦਿਨ ਹੋਰ ਹੈ ਜੀ 13 ਦਿਨ ਹੋਰ ਠੀਕ ਆ ਇਹ ਮਤਲਬ ਕਿ ਉਹਦੇ ਵਾਸਤੇ ਹੀ ਆ ਆਪਣਾ ਸਿਰਫ ਰੋਟਾਵੇਟਰਾਂ ਤੇ ਹੈ ਜੀ ਰੋਟਾਵੇਟਰ ਤੇ ਠੀਕ ਠੀਕ ਲਾਡੀ ਬਾਈ ਵੇ ਬਾਈ ਪਹੁੰਚ ਗਿਆ ਹੋ ਲਾਡੀ ਬਾਈ ਕਿਆ ਹਾਲ ਆ ਵਧੀਆ ਠੀਕ ਠਾਕ ਤੂੰ ਸੁਣਾ ਕੇ ਨਵੀਂ ਨਵੀਂ ਸਕੀਮਾਂ ਲੈ ਆਈਏ ਨੇ ਬਾਈ ਤੁਸੀਂ ਹੋਰ ਆਪਾਂ ਨਹੀਂ ਲੈ ਕੇ ਸ਼ਕਤੀਮਾਨ ਕੰਪਨੀ ਲੈ ਕੇ ਆਈ ਹੈ ਬਾਈ ਅੱਛਾ ਅੱਛਾ ਠੀਕ ਆ ਇਹ ਸਾਰਿਆਂ ਨੂੰ ਪਹਿਲਾਂ ਮਤਲਬ ਸਾਰਿਆਂ ਨੂੰ ਜ਼ਰੂਰੀ ਸੂਚਨਾ ਇੱਕ ਜ਼ਰੂਰ ਦੇ ਦੀ ਠੀਕ ਆ ਇਹ ਡੀਲਰਸ਼ਿਪ ਵਾਲਿਆਂ ਪਾਸੇ ਨਹੀਂ ਹੈਗਾ ਓਕੇ ਕੰਪਨੀ ਵਾਲਿਆਂ ਪਾਸੇ ਹੋਇਆ ਹੈ ਅੱਛਾ ਕੰਪਨੀ ਵੱਲ ਤੇ ਆ ਠੀਕ ਆ ਕੰਪਨੀ ਵੱਲ ਤੇ ਆ ਠੀਕ ਆ ਇਹ ਪੂਰੇ ਏਰੀਆ ਦੇ ਵਿੱਚ ਚੱਲ ਰਿਹਾ ਹੈ ਠੀਕ ਆ ਬਾਈ ਠੀਕ ਆ ਲੱਕੀ ਡਰਾ ਬੰਪਰ ਧਮਾਕਾ ਵਾ ਓਕੇ ਇਹਦੇ ਵਿੱਚ ਰੂਟਾਵੇਟਰ ਖਰੀਦਣਾ ਪਊਗਾ ਆਪਾਂ ਨੂੰ ਹਾਂ ਉਹਦਾ ਜਿਹੜਾ ਲੱਕੀ ਡਰਾ ਦੇ ਵਿੱਚ ਕੁੱਪਣ ਪਊਗਾ ਹਾਂ ਉਹ ਆਪਣੇ ਬਾਈਆਂ ਦੀ ਕਿਸਮਤ ਆ ਕਿਹਨੂੰ ਨਿਕਲਣਾ ਕਿਹਨੂੰ ਨਹੀਂ ਨਿਕਲਣਾ ਠੀਕ ਆ ਰੋਟਾਵੇਟਰ ਦਾ ਮੇਰੀ ਵੀ ਸਲਾਹ ਬਣਦੀ ਹੈ ਮੇਰਾ ਨਿਕਲ ਜੂਗਾ ਨਹੀਂ ਫਿਰ ਉਹ ਤੇਰੀ ਹੁਣ ਕਿਸਮਤ ਆ ਨਿਕਲ ਸਕਦਾ ਅੱਛਾ ਨਾਮ ਬਹੁਤ ਨੇ ਦੇਖ ਪੰਜ ਤਾਂ ਹੈਗੀਆਂ ਨੇ ਟਾਟਾ ਪੰਜ ਠੀਕ ਆ ਪੰਜ ਉਹ ਗੱਡੀਆਂ ਦੇਣੀਆਂ ਨੇ 75 ਦੇਣੇ ਆਪਾਂ ਨੂੰ LED ਦੇ ਫ੍ਰਿਜ ਨਹੀਂ ਇਹਦਾ ਨਾਮ ਇਹਨਾਂ ਲਾਈਵ ਕੱਢਣੇ ਕਿਵੇਂ ਕੱਢਣਗੇ ਇਹ ਲਾਈਵ ਕੱਢਣਗੇ ਇਹ ਠੀਕ ਲਾਈਵ ਚੱਲੂਗਾ ਅੱਛਾ ਤੇ 150 ਸੈਮਸੰਗ ਮਸ਼ੀਨਾਂ ਦੇਣੀਆਂ ਨੇ ਠੀਕ ਆ ਬਾਈ ਧੋਣੇ ਵਾਲੀਆਂ ਓਕੇ ਤੇ 25 ਦੇਣੇ ਨੇ ਹੀਰੋ ਜਿਹੜੇ ਹੋਂਡੇ ਵਾਲਿਆਂ ਦੇ ਮੋਟਰਸਾਈਕਲ ਨੇ ਓਕੇ ਵੀਰੇ ਤੇ 100 ਦੇਣੇ ਨੇ LED TV 32 200 ਮੋਬਾਈਲ ਆ 200 ਸੈਮਸੰਗ ਦੇ ਮੋਬਾਈਲ ਠੀਕ ਆ ਬਾਈ ਲੋ ਬਾਈ ਜੇ ਕਿਸੇ ਦੇ ਰੋਟਾਵੇਟਰ ਲੈਣ ਦਾ ਮਨ ਬਣਦਾ ਏ ਤੇ ਕੋਈ ਕਹਿੰਦਾ ਹੋਏ ਦੇ ਰੁੱਕ ਕੇ ਲੈਣਾ ਮਹੀਨਾ 2 ਮਹੀਨਾ ਤਾਂ ਬਾਈ ਹੁਣ ਲੈ ਲਓ 28 ਤਰੀਕ ਤੱਕ ਤੇ ਇਹਦੀ ਜਿਹੜੀ ਤਰੀਕ ਆ 10 ਫਰਵਰੀ ਤੋਂ ਲੈ ਕੇ 28 ਫਰਵਰੀ ਤੱਕ ਆ ਨਾ ਰੇਟ ਤਾਂ ਉਹੀ ਆ ਰੋਟਾਵੇਟਰਾਂ ਦੇ ਰੇਟ ਉਹੀ ਆ ਰੋਟਾਵੇਟਰਾਂ ਦੇ ਠੀਕ ਆ ਰੇਟ ਉਹੀ ਆ ਜਾਨੀ ਕਿ ਇਹਨਾਂ ਦੀ ਜਿਹੜਾ ਲੱਕੀ ਡਰਾ ਜਿਹੜਾ ਆਪਣਾ ਚੱਲ ਰਿਹਾ ਠੀਕ ਆ ਜੀ ਇਹਦਾ ਜਿਹੜੀ ਤਰੀਕ ਆ 10 ਫਰਵਰੀ ਤੋਂ ਲੈ ਕੇ 28 ਫਰਵਰੀ ਦੇ ਵਿੱਚ ਵਿੱਚ ਆ ਠੀਕ ਆ ਅੱਜ 15 ਹੋ ਗਈ ਫੇ ਤਾਂ ਉਹੀ 12-13 ਦਿਨ ਰਹਿ ਗਏ ਠੀਕ ਆ ਓਕੇ ਬਾਈ ਓਕੇ ਉਹ ਚਾਹੇ ਸੰਪਰਕ ਕਰ ਲਿਓ ਚਾਹੇ ਰੋਪੜ ਆ ਜਾਣ ਚਾਹੇ ਆ ਜਿਹੜਾ ਮਾਛੀਵਾੜਾ ਸਾਹਿਬ ਜਿਹਨੂੰ ਮਾਛੀਵਾੜਾ ਲੋਕਲ ਪੈਂਦਾ ਮਾਛੀਵਾੜਾ ਚੱਲ ਜਾਣਾ ਚੱਲ ਜਿਹਨੂੰ ਰੋਪੜ ਲੋਕਲ ਪੈਂਦਾ ਜਿਹਨੂੰ ਜਿਹੜਾ ਲੋਕਲ ਪੈਂਦਾ ਅਗਲਾ ਉੱਥੇ ਜਾਂਦਾ ਯਾਰ ਬਾਕੀ ਹਾਂ ਜਿੱਥੋਂ ਜਿਹਨੂੰ ਲੋਕਲ ਪੈਂਦੀ ਆ ਜਿੱਦਾਂ ਕੋਈ ਲੁਧਿਆਣੇ ਦਾ ਉਹਨੂੰ ਲੁਧਿਆਣਾ ਨੇੜੇ ਆ ਠੀਕ ਆ ਜਿੱਦਾਂ ਚੱਲਦਾ ਉਦਾਂ ਬਾਕੀ ਠੀਕ ਆ ਮੋਬਾਈਲ ਨੰਬਰ ਬਾਈ ਉਹਨਾਂ ਦਾ ਦੇ ਦਾਂਗੇ ਆਪਾਂ ਵਿੱਚ ਠੀਕ ਆ ਬਾਈ ਠੀਕ ਆ ਨਾਲ ਸੰਪਰਕ ਕਰ ਲੈਣਾ ਓਕੇ ਜੀ ਓਕੇ ਉਹ ਨੰਬਰ ਆ ਬਾਈ ਬਾਈ ਦਾ ਉੱਪਰ ਤੁਸੀਂ ਨੋਟ ਕਰ ਸਕਦੇ ਆ 94-177-34-543 ਹਾਂ 54-955 ਉਹ ਨੰਬਰ ਉਹ ਦਾ ਬਾਈ ਜਿਹੜਾ ਉਧਰ ਬੋਰਡ ਖੜਾ ਉਹ ਉਧਰ ਫੜਾ ਉਹਦੇ ਦੰਦ ਕੱਢਦਾ ਉਹ ਦੇਖੋ ਹਾਂ ਠੀਕ ਆ ਠੀਕ ਆ ਬਾਈ ਠੀਕ ਆ ਆਹ ਰੋਟਾਵੇਟਰ ਪਾਇਆ ਬਾਈ 6 ਫੁੱਟੇ 7 ਫੁੱਟਾ 8 ਫੁੱਟਾ ਰੋਟਾਵੇਟਰ ਕੋਈ ਵੀ ਚਾਹੇ 6 ਫੁੱਟਾ ਜੋ ਮਰਜ਼ੀ ਆ ਜਿਹੜਾ ਮਰਜ਼ੀ ਆ ਠੀਕ ਆ ਵੀਰੇ ਠੀਕ ਆ ਤੇ ਬਾਈ ਬਾਈ ਨਾਲ ਕੋਲ ਇੱਕ ਅੱਜ ਨਵੀਂ ਮਸ਼ੀਨ ਵੀ ਆਈ ਹੈ ਤੁਹਾਨੂੰ ਉਹ ਵੀ ਦਿਖਾਉਣੀ ਆਪਾਂ ਨੇ ਲੋ ਜੀ ਇਹ ਜਿਵੇਂ ਕਿ ਪਹਿਲਾਂ ਆਪਾਂ ਇਹਦਾ ਜਿਹੜਾ ਮਾਡਲ 120 ਮਾਡਲ ਕੱਲਾ ਕੱਢਿਆ ਸੀਗਾ ਓਕੇ ਵੀਰੇ ਉਹ ਕੱਲਾ ਕਣਕ ਜਮੀ ਜੋ ਪੜਦੀ ਸੀਗੀ ਠੀਕ ਆ ਉਹ ਬੋਰਡ ਕਰ ਗਿਆ ਬਾਈ ਉਹਨਾਂ ਦਾ ਉਹਦੇ 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 ਅੱਛਾ ਟੱਕ ਮਾਰਦਾ ਬਾਈ ਹਵਾ ਕਰਕੇ ਤੇ ਬਾਈ ਨਾਲ ਕੋ ਮਸ਼ੀਨ ਆਈ ਆ ਬਾਈ BCS ਕੰਪਨੀ ਦੀ ਕਣਕ ਵੱਢਣੇ ਨੂੰ ਜਿੱਦਾਂ ਮੱਕੀ ਵੱਢਣੀ ਆ ਜੀ ਚਾਰਾ ਵੱਢਣਾ ਏ ਤੇ ਉਹਦੇ ਵਾਸਤੇ ਆਈ ਆ ਬਾਈ ਤੇ ਬਾਈ ਮੈਨੂੰ ਤਾਂ ਨਹੀਂ ਜਾਣਕਾਰੀ ਹੈ ਨਹੀਂ ਤੁਹਾਨੂੰ ਲਾਡੀ ਵੀਰ ਜਾਣਕਾਰੀ ਦਊਗਾ ਇਹਦੇ ਬਾਰੇ ਤੇ ਜਿਵੇਂ ਕਿ ਬਾਈ ਆਪਾਂ ਨੂੰ ਸਭ ਨੂੰ ਪਤਾ ਹੀ ਆ ਵੀ ਚਲੋ
कई वीर कहते हैं भी लेबर जिदा हूँ उन्होंने अगर मरता गल तो वह भी ठीक है भाई बहुत हद तक पर आ गया भाई। हाँ जी हाँ जी वीरे 120 ठीक है हाँ वह भी आता हूँ ठीक है लेबर लाने टांडी बढ़न लेबर का खर्चा थोड़ा ज्यादा आ तीन करके फिर उचाई बढ़ जाती है मक्की टांडी टूडी जी भी बढ़ दिंदा ठीक है मतलब की एक साइड ए ओ लाई जंदी तह लाई जंदी है तह लाई जंदी है परली साइड ने तह लानी है ठीक है इधरों बड के लेके जांदा परली साइड ने तह लानी है ठीक है भाई तह ला ला के थप्पे ने सिटी जाने है ओके ते 7-8 पावर दा इंजन है 8 हॉर्स पावर दा डीजल इंजन दे नाल भाई ये डीजल इंजन है भाई इहदा ठीक है हां ये डीजल इंजन ते जे आपा मशीन दी गल करिए ता ये इटालियन मशीन है ओके ये भाई आपा हुणे असेंबल करके हटे है ठीक है भाई ओके अपने को पैकेज आई सी इटली की मशीन है ठीक है वो डब्बा पे इंजन आया डब्बे चे सारा आप हमने असैंपल करके शर्मी भाई से भी जानकारी ले ली माड़ी मोटी महाराज तुम भी दसो तू शर्म का कहते इना भाई हाँ भाई भाई ये मुंडा साड़ा बहुत शर्मी देख ला कुड़ियां जी नहीं शर्म देख ला मूँह परू गर्द नहीं चकता पतंदर देख हाँ ते बाकी भाई जे किसी का मन होया मशीन लेने का तो भाई नाल कॉन्टैक्ट कर सकता है ते टांडी टूडी जो बढ़ना थोड़ी जी कॉस्टली होंगी 1,70,000 के करीब आ जाती है 1,70,000 दी है ठीक है सी आर एम दे विच जिहड़ी स्कीमां आउंदियां ने ਰਵੇਰ ਉਰ ਵਾਈ ਸਮਾਨ ਸੂਨ ਮਿਲਦਾ ਇਹਦਾ ਬਾਅਦ ਚ ਸਾਰਾ ਬਾਈ A to Z ਸਮਾਨ ਮਿਲਦਾ ਠੀਕ ਆ ਜਿਹੜਾ ਮਰਜੀ ਇੱਕ ਇੱਕ ਨਾਟ ਜਿਹੜਾ ਮਰਜੀ ਸਪੇਅਰ ਪਾਰਟ ਦਾ ਲੈ ਲੈ ਆਪਣੇ ਓਕੇ ਵੀਰੇ ਓਕੇ ਓਕੇ ਠੀਕ ਆ ਜੀ ਇਹ ਬਾਈ ਉਦਾਂ ਵੀ ਜਿਹੜੀ CRM ਸਕੀਮ ਆਉਂਦੀ ਆ ਉਹਦੇ ਵਿੱਚ ਇਹਦੇ ਉੱਤੇ 70-75 ਸਬਸਿਡੀ ਵੀ ਮਿਲ ਜਾਂਦੀ ਆ 70-75,000 ਠੀਕ ਆ ਵੀਰੇ ਓਕੇ ਵੀਰੇ ਬਾਕੀ ਟੈਟੂ ਦਾ ਫੇ ਤੁਸੀਂ ਦੇਖ ਲਓ ਵੀ ਪਤਾ ਹੀ ਪੂਰੀ ਘੈਂਟ ਚੀਜ਼ ਟਾਇਰ ਬਹੁਤ ਵਧੀਆ ਮੂਤੀ ਚੀਜ਼ ਆ ਰੇਡੀਅਲ ਜੇ ਟਾਇਰ ਪਏ ਹੋਏ ਆ ਰੇਡੀਅਲ ਜੇ ਟਾਇਰ ਨੇ ते बाकी भाई भी इन्होंने डेमो भी देने दे मशीन दे एक तो वो भी सानू वीडियो बना के पावांगे भी किवें चलती है किवें वो करती है तो बाकी हुण भाई इहदा मक्की मुक्की का भी कम शुरू हो गया उहदी मशीनां भी तो भाई ने को लग जाणियां बिकण ते लो भाई बाकी ट्रैक्टरां बारे तो पता ही है सब नू सैकंड हैंड ट्रैक्टर भी अपने को खड़े हैं जी 12-13 ट्रैक्टर खड़े हैं इस टाइम तो एक अपने को 265 आए जी ट्रैक्टर 1998 मॉडल कंडीशन देख सकते हो ट्रैक्टर की तुसी पूरा ओरिजिनल ट्रैक्टर है नाल दा रंग है ट्रैक्टर का मगरले टायर अद्धे क होणगे ट्रैक्टर के तो ट्रैक्टर आया अपने कोल जे कोई होया भाई चाहवान तो वीर कॉन्टैक्ट कर सकदा अपने नाल तो लोकेशन सब नूं पता ही है वीरां नूं रोपड़ भट्ठा साहब नाज मंडी विखे जी इंडो फार्म की एजेंसी है जी उत्थे आके ट्रैक्टर देख सकते हैं तो आ भी स्वराज जे किसी ने घट बजट वाला लेना जी तो वास्ते वधिया ट्रैक्टर है तो बाकी का ट्रैक्टर लगभग ऑलरेडी अपने दिखाए हुए हैं पहली वीडियो के सो वीडियो इन्ना ही सी भाई जे वीडियो वधिया लगी तो लाइक जरूर करो सो मिलते हैं किसी होर नवी वीडियो के धन्यवाद सारिआं दा जी।